ਅੱਜ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨਾਭਾ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਯਾਦ ਕਰਦੇ ਹੋਏ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਸੰਬੰਧੀ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਥੁਈ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਚੌਂਕ ਨਾਭਾ ਵਿਖੇ 23 ਮਾਰਚ ਨੂੰ ਕੇਸਰੀ ਝੰਡਾ ਲਹਿਰਾਇਆ ਜਾਵੇਗਾ ਅਤੇ ਨਾਲ ਹੀ ਕਿਸਾਨੀ ਝੰਡੇ ਵੀ ਲਹਿਰਾਏ ਜਾਣਗੇ। ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸਾਡੀ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਉਹਨਾਂ ਨੌਜਵਾਨ ਪੀੜ੍ਹੀ ਨੂੰ ਮੈਸੇਜ ਦਿੰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੇ ਕਿ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ। ਸ਼ਹੀਦ ਭਗਤ ਸਿੰਘ ਦਾ 23 ਮਾਰਚ ਦਾ ਸ਼ਹੀਦੀ ਦਿਨ ਆ ਰਿਹਾ, ਉਹਦੇ ਸੰਬੰਧ 'ਚ ਕਰੀ ਆ। ਉਸਦੇ ਵਿੱਚ ਅਸੀਂ ਹਰ ਸਾਲ ਇੱਥੇ ਸ਼ਹੀਦ ਭਗਤ ਸਿੰਘ ਚੌਂਕ ਨਾਭੇ ਬਣਾਇਆ ਹੈ, ਉਹਦੇ 'ਚ ਮਨਾਉਣੇ ਹੁੰਦੇ ਹਾਂ ਝੰਡਾ ਲਹਿਰਾ ਕੇ। ਅਤੇ ਹੁਣ ਅਸੀਂ ਜਿਹੜਾ ਉੱਥੇ ਰੱਖਿਆ, ਅਸੀਂ ਕਿਸਾਨੀ ਝੰਡੇ ਵੀ ਨਾਲ ਰੱਖਣੇ, ਵੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਅਸੀਂ ਨਾਲ ਕਿਸਾਨੀ ਝੰਡੇ ਵੀ ਰੱਖਣੇ ਅਤੇ ਕਿਸਾਨਾਂ ਦਾ ਸਮਰਥਨ ਲੈ ਕੇ ਵੀ ਇਸ ਵਾਰ ਸ਼ਹੀਦੀ ਦਿਨ ਮਨਾ ਰਹੇ ਸੀ। ਤੁਸੀਂ ਆਏ ਸਾਲ ਮਨਾਇਆ ਜਾਂਦਾ? ਹਾਂਜੀ ਹਾਂ, ਹਰ ਸਾਲ ਅਸੀਂ ਸ਼ਹੀਦਾਂ ਦਾ ਸ਼ਹੀਦੀ ਦਿਨ ਅਤੇ ਜਨਮ ਦਿਨ ਮਨਾਉਂਦੇ ਹਾਂ। 28 ਸਤੰਬਰ ਨੂੰ ਅਸੀਂ ਇਹਨਾਂ ਦਾ ਜਨਮ ਦਿਨ ਮਨਾਉਂਦੇ ਹੁੰਦੇ ਹਾਂ ਅਤੇ 23 ਮਾਰਚ ਨੂੰ ਅਸੀਂ ਰਾਜਗੁਰੂ ਸੁਖਦੇਵ ਅਤੇ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਮਨਾਉਂਦੇ ਹੁੰਦੇ ਹਾਂ ਚੌਂਕ ਦੇ ਵਿੱਚ। ਅਤੇ ਮੈਂ ਜਿਹੜੀ ਨਵੀਂ ਪੀੜ੍ਹੀ ਆ, ਨਵੀਂ ਜਨਰੇਸ਼ਨ ਆ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਵੀ ਜਿਹੜੇ ਸ਼ਹੀਦੀ ਦਿਨ ਨੇ, ਸ਼ਹੀਦਾਂ ਦੇ ਜਨਮ ਦਿਨ ਨੇ, ਉਹਨਾਂ ਨੂੰ ਆਪਾਂ ਸਾਰੇ ਰਲ ਕੇ ਮਨਾਇਆ ਕਰੀਏ ਅਤੇ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਦੀਆਂ ਕੀ ਦੇਸ਼ ਲਈ ਕੁਰਬਾਨੀਆਂ ਨੇ, ਕੀ ਦੇਸ਼ ਨੂੰ ਇਹਨਾਂ ਦੀ ਦੇਣ ਆ। ਤਕਰੀਬਨ ਜਦੋਂ ਵੀ ਕੋਈ ਇੱਦਾਂ ਦਾ ਪ੍ਰੋਗਰਾਮ ਆਉਂਦਾ, 23 ਮਾਰਚ ਆਉਂਦੀ ਆ, ਮਤਲਬ ਜਾਂ ਕੋਈ ਮਤਲਬ ਜਨਮ ਦਿਨ ਆਉਂਦਾ ਬਾਬਾ ਸ਼ਹੀਦ ਭਗਤ ਸਿੰਘ ਜੀ ਦਾ, ਤਾਂ ਅਸੀਂ ਸਾਰੇ ਉਸ ਤੋਂ ਪਹਿਲਾਂ ਮੀਟਿੰਗਾਂ ਰੱਖ ਲੈਂਦੇ ਹਾਂ, ਜਾ ਕੇ ਪਿੰਡਾਂ ਦੇ ਵਿੱਚ ਵੀ ਕਰਦੇ ਹਾਂ ਜਾ ਕੇ। ਅਤੇ ਜਿਹੜਾ ਅਸੀਂ ਵੀ ਵਧੀਆ ਤਰੀਕੇ ਨਾਲ ਹਮੇਸ਼ਾ ਹੀ ਅਤੇ ਜਿਹੜਾ ਇਹ ਦਿਨ ਬੜੇ ਉਹਦੇ ਨਾਲ ਮਨਾਉਂਦੇ ਹਾਂ ਜੋਸ਼ ਦੇ ਨਾਲ, ਅਤੇ ਸਾਡੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵੀ ਕਾਫੀ ਜੁੜ ਰਹੀ ਆ। ਅਤੇ ਇਸ ਵਾਰ ਅਸੀਂ ਜਿਹੜਾ ਰੋਡ ਸ਼ੋਅ ਨਹੀਂ ਕਰਦੇ, ਨਹੀਂ ਹਰੇਕ ਸਾਲ ਅਸੀਂ 23 ਮਾਰਚ ਨੂੰ ਹੈਗਾ ਜਿਹੜਾ ਰੋਡ ਸ਼ੋਅ ਕਰਦੇ ਹਾਂ। ਅਤੇ ਇਸ ਲਈ ਅਸੀਂ ਇਸ ਵਾਰ ਵੀ ਜਿਹੜਾ ਹੈਗਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਪਾਰਵਤੀ ਦੇ ਖੋਖੇ ਦੇ ਨੇੜੇ ਜਿਹੜਾ ਹੈਗਾ ਇੱਕ ਚੌਂਕ ਬਣਾਇਆ, ਉੱਥੇ ਝੰਡਾ ਲਹਿਰਾਵਾਂਗੇ ਅਤੇ ਧੂਮਧਾਮ ਨਾਲ ਮਨਾਵਾਂਗੇ। ਸਿੰਘ ਵੈਲਫੇਅਰ ਸੁਸਾਇਟੀ ਦੀ ਅੱਜ ਬੈਠਕ ਹੋਈ ਹੈ। ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਥੂਹੀ ਦੀ ਪ੍ਰਧਾਨਗੀ ਹੇਠ ਇਸ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ 23 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਸ਼ਹੀਦ ਭਗਤ ਸਿੰਘ ਚੌਂਕ ਨੇੜੇ ਪਾਰਵਤੀ ਖੋਖੇ ਦੇ ਨੇੜੇ ਇਹ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ, ਝੰਡਾ ਚਲਾਇਆ ਜਾਵੇਗਾ ਅਤੇ ਨਾਲ ਕਿਸਾਨੀ ਝੰਡਾ ਵੀ ਰੱਖਿਆ ਜਾਵੇਗਾ। ਅਸੀਂ ਹਰ ਸਾਲ ਇਸ ਦਿਨ ਰੋਡ ਸ਼ੋਅ ਵੀ ਕੱਢਿਆ ਜਾਂਦਾ ਹੈ, ਲੇਕਿਨ ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਰੋਡ ਸ਼ੋਅ ਨਹੀਂ ਕੱਢਿਆ ਜਾ ਰਿਹਾ ਅਤੇ ਪਰਮਾਤਮਾ ਮਿਹਰ ਕਰੇ, ਸੁੱਖ ਸ਼ਾਂਤੀ ਵਰਤੇ ਤਾਂ ਅਜਿਹੇ ਸਮਾਗਮ ਹੋਰ ਕਰਵਾਏ ਜਾਂਦੇ ਰਹਿਣਗੇ। ਧੰਨਵਾਦ।